ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਸਿੱਟ ਨੇ ਫਿਰ ਬੁਲਾ ਲਿਆ ਹੈ 27 ਦਸੰਬਰ ਨੂੰ ਫਿਰ ਪੇਸ਼ੀ ਹੋਣੀ ਹੈ ਹਾਲਾਂਕਿ ਬੀਤੇ ਦਿਨ ਕੀ ਕੁਝ ਹੋਇਆ ਤਕਰੀਬਨ 7 ਘੰਟੇ ਤੋਂ ਵੱਧ ਦਾ ਸਮਾਂ ਸੀ ਜਦੋਂ ਪੁਸ਼ਗਿਸ਼ ਕੀਤੀ ਗਈ ਤੇ ਜਿਹੜਾ ਕਿਹੜਾ ਸਵਾਲ ਆ ਜਿਹੜਾ 27 ਤਰੀਕ ਨੂੰ ਫਿਰ ਪੁੱਛਿਆ ਜਾਣਾ ਹਾਲਾਂਕਿ ਸਿੱਟ ਨੇ ਕੀ ਕੁਝ ਪੁੱਛਿਆ ਇਸ ਦੇ ਬਾਰੇ ਜਦੋਂ ਪੱਤਰਕਾਰਾਂ ਨੇ ਵਿਕਰਮ ਮਜੀਠੀਆ ਨੂੰ ਕੱਲ ਸਵਾਲ ਕੀਤੇ ਪ੍ਰੈਸ ਕਾਨਫਰੈਂਸ ਦੇ ਦੌਰਾਨ ਤਾਂ ਉਦੋਂ ਵਿਕਰਮ ਸਿੰਘ ਮਜੀਠੀਆ ਨੇ ਸਿੱਟ ਦੇ ਪੁੱਛੇ ਗਏ ਸਵਾਲਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਪਹਿਲਾਂ ਉਹ ਦਖ ਦੇਖਦੇ ਆ ਕਿ ਸਿੱਟ ਵੱਲੋਂ ਸਰਕਾਰੀ ਤੌਰ ਦੇ ਉੱਤੇ ਇਨਫੋਰਮੇਸ਼ਨ ਕੀ ਬਾਹਰ ਜਾਂਦੀ ਹੈ ਕੀ ਲੀਕ ਹੁੰਦੀ ਹੈ ਜੇ ਉਹਨਾਂ ਨੇ ਸੱਚ ਦੱਸਿਆ ਤਾਂ ਠੀਕ ਨਹੀਂ ਤਾਂ ਫਿਰ ਮੈਂ ਤਾਂ ਜਦੋਂ ਮਰਜ਼ੀ ਮੇਰੇ ਤੋਂ ਪੁੱਛ ਲਿਓ ਮੈਂ ਤਾਂ ਦੱਸ ਹੀ ਦੇਣਾ ਔਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਉਹਨਾਂ ਨੇ ਖੁੱਲਾ ਚੈਲੰਜ ਕੀਤਾ ਕਿ ਸਿੱਟ ਦੇ ਜਿਹੜੇ ਮੁਖੀ ਨੇ ਇਸ ਵਕਤ ਜਿਹੜੇ ਸ਼ੀਨਾ ਉਹਨਾਂ ਨੇ ਮੁਖਵਿੰਦਰ ਸਿੰਘ ਸ਼ੀਨਾ ਉਹਨਾਂ ਨੇ ਤਾਂ ਰਿਟਾਇਰ ਹੋ ਜਾਣਾ 31 ਤਰੀਕ ਨੂੰ ਉਹਨਾਂ ਦੀ ਰਿਟਾਇਰਮੈਂਟ ਹੈ ਉਸ ਤੋਂ ਬਾਅਦ ਜੇ ਇੱਕ ਜਿਹੜੀ ਸਿੱਟ ਬਣੇਗੀ ਉਸਦੇ ਮੁਖੀ ਖੁਦ ਭਗਵੰਤ ਮਾਨ ਬਣ ਜਾਣ ਤਾਂ ਬਹੁਤ ਵਧੀਆ ਹੋਵੇਗਾ ਸਾਹਮਣੇ ਹੀ ਅਸੀਂ ਇੱਕ ਦੂਜੇ ਦੇ ਸਵਾਲ ਜਵਾਬ ਕਰ ਲਾਂਗੇ ਚਾਹੇ ਉਹ ਆਪਣੇ ਘਰ ਦੇ ਬਾਹਰ ਪਾਰਕ ਵਿੱਚ ਹੀ ਕਿਉਂ ਨਾ ਮੀਡੀਆ ਦੇ ਸਾਹਮਣੇ ਲਾ ਲੈਣ ਚਾਹੇ 1 ਨਵੰਬਰ ਦੇ ਵਾਂਗ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਨਾਮ ਉਹਨਾਂ ਨੇ ਲਿਆ ਪੀਏ ਯੂ ਦੇ ਵਿੱਚ ਹੀ ਭਾਵੇਂ ਰੱਖ ਲੋ ਤੇ ਉੱਥੇ ਸਿੱਧੇ ਸਵਾਲ ਜਵਾਬ ਹੋ ਜਾਣਗੇ ਫਿਰ ਸਵਾਲਾਂ ਦਾ ਜਵਾਬ ਵੀ ਮੈਂ ਦੇ ਦੇਵਾਂਗਾ ਵਿਕਰਮ ਸਿੰਘ ਮਜੀਠੀਆ ਨੇ ਤਿੱਖੇ ਸ਼ਬਦਾਂ ਦੇ ਵਿੱਚ ਉਹ ਪੁੱਛਗਿਸ਼ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਕਾਫੀ ਚਰਚਾ ਦਾ ਵਿਸ਼ਾ ਬਣੀ ਕਿ ਹਾਲੇ ਵੀ ਵਿਕਰਮ ਸਿੰਘ ਮਜੀਠੀਆ ਦੇ ਕੋਲ ਡਰ ਜਾਂ ਖੌਫ ਨਹੀਂ ਹੈ ਔਰ ਵਿਕਰਮ ਸਿੰਘ ਮਜੀਠੀਆ ਨੇ ਖੁੱਲ ਕੇ ਕਿਹਾ ਕਿ ਜਿਹੇ ਪੁੱਛਗਿਸ਼ ਦੇ ਨਾਲ ਅਜਿਹੇ ਸਵਾਲਾਂ ਦੇ ਨਾਲ ਡਰਨ ਵਾਲੇ ਨਹੀਂ ਸੱਚ ਦੇ ਹਿਸਾਬ ਦੇ ਨਾਲ ਚੱਲਣਗੇ ਤੇ ਸੱਚ ਬੋਲਦੇ ਰਹਿਣਗੇ ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਔਰ ਜਦੋਂ ਗਏ ਸੀ ਪੁੱਛਗਿਛ ਤੋਂ ਪਹਿਲਾਂ ਉਹਨਾਂ ਨੇ ਆਖਿਆ ਕਿ ਪਿੰਜਰੇ ਜਿਹੜੇ ਨੇ ਉਹ ਸ਼ੇਰਾਂ ਨੂੰ ਕਿੰਨੀ ਕਿ ਦਿਨ ਰੱਖ ਸਕਦੇ ਨੇ ਔਰ ਜਿਹੜੇ ਜੇਲ੍ਹਾਂ ਨੇ ਉੱਥੇ ਜੇਕ ਜਾਣਾ ਵੀ ਪੈ ਗਿਆ ਤਾਂ ਕੋਈ ਵੱਡੀ ਗੱਲ ਨਹੀਂ ਕਿਉਂਕਿ ਇੱਥੇ ਇਸੇ ਕੇਸ ਦੇ ਵਿੱਚ ਡਰੱਗਸ ਕੇਸ ਜਿਹੜਾ ਕੀ ਚੰਨੀ ਸਰਕਾਰ ਵੱਲੇ 2021 ਚ ਦਸੰਬਰ ਮਹੀਨੇ ਦੇ ਵਿੱਚ ਹੀ ਦਰਜ ਹੋਇਆ ਸੀ ਉਸ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਕਿ ਦੂਜੀ ਇਹ ਜਿਹੜੀ ਆ ਵਰੇਗੰਡ ਹੈ ਉਹਨਾਂ ਨੇ ਕਿਹਾ ਕਿ ਮੇਰੇ ਵਿਆਹ ਦੀ ਨਾ ਸਮਝ ਲਿਓ ਉਹ ਤਾਂ ਬਹੁਤ ਟਾਈਮ ਹੋ ਗਿਆ ਇਹ ਦੂਜੀ ਵਾਰ ਇਹ ਗੰਢ ਇਸ ਪਰਚੇ ਦੀ ਹੈ ਇਸ ਕੇਸ ਦੀ ਹੈ ਹਾਲਾਂਕਿ 2013 ਦੇ ਵਿੱਚ ਜਿਹੜੇ ਗਿਲਟੀ ਸੀ ਉਹ ਜੇਲ੍ਹ ਦੇ ਅੰਦਰ ਨੇ ਜਿਹੜੇ ਨਹੀਂ ਸੀ ਗਿਲਟੀ ਉਹ ਬਾਹਰ ਆ ਗਏ ਤੇ ਮੇਰੇ ਖਿਲਾਫ ਤਾਂ ਕੋਈ ਪਰਚਾ ਨਹੀਂ ਸੀ ਦਰਜ ਹੋਇਆ ਪਰ ਪਿਛਲੇ 10 ਸਾਲਾਂ ਦੇ ਵਿੱਚ ਹੁਣ ਤੱਕ ਇਹ ਜੀ ਕਿਹੜੀ ਗੱਲ ਆ ਜਿਹੜੀ ਮੇਰੇ ਖਿਲਾਫ ਲੱਭੀ ਨਹੀਂ ਔਰ ਅਦਾਲਤ ਨੇ ਇਹ ਵੀ ਪੁੱਛਿਆ ਪੁਲਿਸ ਨੂੰ ਕਾਰਵਾਈ ਕਰਨ ਵੇਲੇ ਆ ਕਿ ਡਰੱਗ ਦੀ ਰਿਕਵਰੀ ਕਿੱਥੇ ਹੈ ਇਸ ਦਾ ਜਵਾਬ ਹੀ ਨਹੀਂ ਹੈ ਪੁਲਿਸ ਕੋਲ ਔਰ ਹੁਣ ਜਿਹੜੀ ਸਿੱਟ ਪੁੱਛਗਿਸ਼ ਕਰ ਰਹੀ ਹੈ ਕਿਹੜੇ ਆਧਾਰ ਤੇ ਕਰ ਰਹੀ ਹੈ ਕਿਵੇਂ ਕਰ ਰਹੀ ਹੈ ਸਮੇਂ ਤੋਂ ਬਾਹਰ ਹੈ ਇਹ ਉਹਨਾਂ ਦਾ ਦਾਵਾ ਸੀ ਉਹਨਾਂ ਨੇ ਕਿਹਾ ਕਿ ਫਿਰ ਵੀ ਜਦੋਂ ਵੀ ਸਟ ਨੇ ਸੱਦਿਆ ਉਹ ਹਾਜ਼ਰ ਹੋ ਜਾਣਗੇ ਤੇ ਹੁਣ 27 ਤਰੀਕ ਨੂੰ ਫਿਰ ਪੇਸ਼ ਹੋਣਗੇ ਸਟ ਨੇ ਫਿਰ ਬੁਲਾ ਲਿਆ ਇੱਕ ਦਿਨ ਪਹਿਲਾਂ ਹੀ ਉਹਨਾਂ ਦੇ ਅਕਾਊਂਟਸ ਦੇ ਵਿੱਚ ਹੋਈਆਂ ਜਿਹੜੀਆਂ ਟ੍ਰਾਂਜੈਕਸ਼ਨ ਨੂੰ ਲੈ ਕੇ ਉਹਨਾਂ ਦੇ ਬਾਰੇ ਵੀ ਪੁੱਛ ਪੜਤਾਲ ਹੋਈ ਹੈ ਮੰਨਿਆ ਜਾ ਰਿਹਾ ਤੇ 27 ਤਰੀਕ ਨੂੰ ਜਿਹੜੀ ਸਟ ਬਣੀ ਹੋਈ ਹੈ ਡਰੱਗਸ ਕੇਸ ਦੇ ਮਾਮਲੇ ਦੇ ਵਿੱਚ ਉਸ ਨੂੰ ਫਿਰ ਹੈ ਜਿਹੜਾ ਸਵਾਲ ਉਹ ਕਰੇਗੀ 7 ਘੰਟੇ ਪਹਿਲਾਂ ਪੁੱਛਗਿਸ਼ ਹੋਈ ਬੀਤੇ ਦਿਨ ਔਰ ਹੁਣ ਅਗਲੀ ਪੇਸ਼ੀ ਦੇ ਦੌਰਾਨ ਕਿੰਨੇ ਘੰਟੇ ਵਿਕਰਮ ਸਿੰਘ ਮਜੀਠੀਆ ਤੋਂ ਜਿਹੜੀ ਆ ਉਹ ਪੁੱਛ ਗਿਸ਼ ਹੁੰਦੀ ਹੈ ਇਹ ਬਾਅਦ ਚ ਪਤਾ ਲੱਗੇਗਾ ਹਾਲਾਂਕਿ ਇਸ ਸਿਟ ਦੇ ਜਿਹੜੇ ਹੁਣ ਮੌਜੂਦਾ ਮੁਖੀ ਨੇ ADGP ਮੁਖਵਿੰਦਰ ਸਿੰਘ ਸ਼ੀਨਾ ਉਹ ਰਿਟਾਇਰ ਹੋ ਜਾਣਗੇ ਉਹਨਾਂ ਨੇ ਵੀ ਕਿਹਾ ਕਿ ਔਰ ਉਸ ਤੋਂ ਪਹਿਲਾਂ ਹੀ 31 ਤਰੀਕ ਨੂੰ ਉਹਨਾਂ ਦੀ ਰਿਟਾਇਰਮੈਂਟ ਤੇ 27 ਨੂੰ ਫਿਰ ਬੁਲਾਇਆ ਗਿਆ ADGP ਮੁਖਵਿੰਦਰ ਸਿੰਘ ਸ਼ੀਨਾ ਦੀ ਅਗਵਾਈ ਹੇਠ ਇਹ ਸੈਟ ਜਿਹੜੀ ਕੰਮ ਕਰ ਰਹੀ ਹੈ ਸੱਤ ਘੰਟੇ ਪਹਿਲਾਂ ਹੀ ਪੁੱਛਗਿੱਛ ਹੋਈ ਹੈ ਔਰ ਪਟਿਆਲਾ ਐਡੀਜਪੀ ਦੇ ਕੱਲ ਦੇ ਵਿੱਚ ਜਗਦੀਸ਼ ਭੋਲਾ ਦੁਆਰਾ ਕੀਤੇ ਗਏ ਕਰੋੜਾ ਰੁਪਏ ਦੇ ਡਰੱਗ ਨੈਕਸਸ ਦੇ ਵਿੱਚ ਨਾਮਜਿੱਤ ਲੋਕਾਂ ਦੇ ਨਾਲ-ਨਾਲ ਸਬੰਧਾਂ ਦੇ ਜਾਂਚ ਕਰ ਰਹੀ ਹੈ ਔਰ ਉਸੇ ਨੂੰ ਲੈ ਕੇ ਹੀ ਇਹ ਅੱਗੇ ਕਾਰਵਾਈ ਤੋਰੀ ਜਾ ਰਹੀ ਹੈ ਇਹਨਾਂ ਦਾ ਕਹਿਣਾ ਹੈ ਪਰ ਪੁਲਿਸ ਸੂਤਰਾਂ ਦੀ ਹੁਣ ਤੱਕ ਜਾਣਕਾਰੀ ਹੈ ਕਿ ਬਜੀਠਿਆ ਨੂੰ ਵਿਸ਼ੇਸ਼ ਰੂਪ ਦੇ ਵਿੱਚ ਵਿੱਤੀ ਲੈਣ ਦੇਣ ਦੇ ਬਾਰੇ ਪੁੱਛਗਿੱਛ ਕੀਤੀ ਗਈ ਸੀ ਸਟ ਨੇ ट्रांजੈਕਸ਼ਨ ਦੇ ਬਾਰੇ ਵੀ ਧਿਆਨ ਕੇਂਦਰਿਤ ਕੀਤਾ ਕਿ ਬਿਕਰਮਜੀਠਿਆ ਦੇ ਅਕਾਊਂਟਸ ਦੇ ਵਿੱਚ ਕਿੱਥੋਂ ਕਿੰਨਾ ਪੈਸਾ ਆਇਆ ਤੇ ਗਿਆ ਇਹ ਲੈਂਡ ਦੇਣ ਬਾਰੇ ਵੀ ਇਹ ਸੂਤਰਾਂ ਦਾ ਕਹਿਣਾ ਹੈ ਔਰ 2 ਸਾਲ ਬਾਅਦ ਹਾਲੇ ਤੱਕ ਕੋਈ ਚਾਰ ਸ਼ੀਟ ਦਾਖਲ ਨਹੀਂ ਹੋਈ ਇਸ ਦੇ ਬਾਰੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਕਹਿ ਚੁੱਕੇ ਨੇ ਕਿ 2 ਸਾਲਾਂ ਦੇ ਵਿੱਚ ਇਹੋ ਜੀ ਕਿਹੜੀ ਗੱਲ ਸੀ ਕਿ ਚਾਰ ਸ਼ੀਟ ਵੀ ਦਾਖਲ ਨਾ ਹੋ ਸਕੇ ਔਰ 2 ਸਾਲਾਂ ਦੇ ਵਿੱਚ ਪਹਿਲਾ ਇਹ ਮਾਮਲਾ ਦਰਜ ਹੋ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਨੇਤਾ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਪੁਲਿਸ ਨੇ 20 ਦਸੰਬਰ 2021 ਨੂੰ ਮਾਮਲਾ ਦਰਜ ਕੀਤਾ ਸੀ ਪਰ ਹਾਲੇ ਤੱਕ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਅਦਾਲਤਾਂ ਨੇ 2 ਮਹੀਨੇ ਦੇ ਲਈ ਟਾਲ ਦਿੱਤਾ ਸੀ ਜਦੋਂ ਉਹ ਇਲੈਕਸ਼ਨ ਲੜੇ ਸਨ ਉਦੋਂ ਟਾਲਿਆ ਗਿਆ ਸੀ ਫਿਰ ਬਿਕਰਮ ਸਿੰਘ ਮਜੀਠੀਆ ਨੇ ਸਰੈਂਡਰ ਕੀਤਾ ਔਰ ਮਜੀਠੀਆ ਨੂੰ 5 ਮਹੀਨੇ ਲਗਭਗ ਜੇਲ੍ਹ ਦੇ ਅੰਦਰ ਬਿਤਾਉਣੇ ਪਏ ਔਰ 10 ਅਗਸਤ 2022 ਨੂੰ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਔਰ ਜਿਹੜੀ ਜ਼ਮਾਨਤ ਮਿਲਣ ਤੋਂ ਬਾਅਦ ਹੁਣ ਤੱਕ ਕਿਤੇ ਵੀ ਕੋਈ ਜ਼ਿਕਰ ਨਹੀਂ ਸੀ ਪਰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਪਹਿਲੀ ਵਾਰੀ ਹੋਇਆ ਕਿਸੇ ਨੇ ਦੁਬਾਰਾ ਬੁਲਾ ਲਿਆ ਹਾਲਾਂਕਿ ਕਈ ਲੋਕ ਇਹ ਸਮਝ ਰਹੇ ਨੇ ਕਿ ਜਿਵੇਂ ਵਿਕਰਮ ਸਿੰਘ ਮਜੀਠੀਆ ਸਰਕਾਰ ਤੇ ਸ਼ਬਦੀ ਹਮਲਾ ਕਰ ਰਹੇ ਨੇ ਸਰਕਾਰ ਨੂੰ ਸਵਾਲ ਕਰ ਰਹੇ ਨੇ ਉਸ ਦੇ ਵਿੱਚੋਂ ਕੋਈ ਇਹ ਕਹਿ ਰਹੇ ਨੇ ਕਿ ਪਰਿਵਾਰਾਂ ਤੱਕ ਗੱਲਾਂ ਆਪੜੀਆਂ ਨਹੀਂ ਇਸ ਕਰਕੇ ਉਸ ਦੇ ਵਿੱਚੋਂ ਇਹ ਹੋ ਰਿਹਾ ਹਾਲਾਂਕਿ ਸਰਕਾਰ ਜਾਂ ਪੁਲਿਸ ਇਹ ਕਦੋਂ ਕਹੇਗੀ ਕਿ ਉਹ ਕਿਸੇ ਸਿਆਸੀ ਗੱਲ ਤੋਂ ਪ੍ਰੇਰਿਤ ਹੋ ਕੇ ਪੁਛਗੇ ਸ਼ੱਗੇ ਤੁਰ ਰਹੀ ਉਹਨਾਂ ਨੇ ਤੇ ਕਹਿਣਾ ਕਿ ਕਾਨੂੰਨ ਦੇ ਹਿਸਾਬ ਨਾਲ ਅਸੀਂ ਕੰਮ ਕਰ ਰਹੇ ਹਾਂ ਪਰ ਆਪੋਜੀਸ਼ਨ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ 'ਤੇ ਕਹਿ ਰਹੀ ਹੈ ਕਿ ਇਹ ਉਹਨਾਂ ਨੂੰ ਇਸੇ ਕਰਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕਿ ਉਹ ਚੁੱਪ ਕਰਕੇ ਬੈਠ ਜਾਣ ਇਸ ਤੋਂ ਪਹਿਲਾਂ ਸਿਆਸੀ ਗਲਿਆਰੇ 'ਚ ਇੱਕ ਉਦਾਹਰਨ ਸੁਖਪਾਲ ਸਿੰਘ ਖਹਿਰਾ ਦੀ ਦਿੱਤੀ ਜਾ ਰਹੀ ਹੈ ਕਿ ਉਹ ਬਹੁਤ ਬੋਲਦੇ ਸੀ ਉਹਨਾਂ ਨੂੰ ਜੇਲ੍ਹ ਜਾਣਾ ਪੈ ਗਿਆ ਇੱਕ ਪੁਰਾਣੇ ਕੇਸ ਦੇ ਵਿੱਚ ਹਾਲਾਂਕਿ ਉਸ ਕੇਸ ਦੇ ਵਿੱਚ ਵੀ ਉਹਨਾਂ ਦੇ ਪੁੱਤਰ ਤੇ ਵਕੀਲ ਨੇ ਜਿਹੜੇ ਮਹਿਤਾਬ ਸਿੰਘ ਖਹਿਰਾ ਉਹਨਾਂ ਨੇ ਵੀ ਦਾਵਾ ਕੀਤਾ ਕਿ ਉਹਨਾਂ ਨੂੰ ਇਸ ਕਰਕੇ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਸਰਕਾਰ ਦੀ ਲੋਚਨਾ ਕਰ ਰਹੇ ਸਨ ਸਰਕਾਰ ਦੇ ਮਾੜੇ ਕੰਮਾਂ ਨੂੰ ਨਿੰਦ ਰਹੇ ਸਨ ਇਸ ਕਰਕੇ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਔਰ ਹੁਣ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਵੀ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਹੋ ਰਹੀਆਂ ਨੇ ਹੁਣ ਮਜੀਠੀਆ ਦੇ ਉੱਤੇ ਜਿਹੜੇ ਦੋਸ਼ ਲੱਗਦੇ ਰਹੇ ਨੇ ਇਸ ਤੋਂ ਪਹਿਲਾਂ ਉਹਨਾਂ ਦਾ ਸੱਚ ਕੀ ਹੈ ਇਹ ਤੇ ਹੁਣ ਬਾਅਦ ਚ ਪਤਾ ਲੱਗਣਾ ਹੈ ਪਰ ਹਾਲੇ ਤੱਕ ਕੋਈ ਵੀ ਚਾਰ ਸ਼ੀਟ ਦਾਖਲ ਨਹੀਂ ਹੋਈ ਵਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਡਰਗ ਰਿਕਵਰੀ ਦੀ ਗੱਲ ਜਦੋਂ ਅਦਾਲਤ ਨੇ ਵੀ ਪੁੱਛੀ ਤੇ ਪੁਲਿਸ ਕੋਲ ਕੋਈ ਜਵਾਬ ਨਹੀਂ ਸੀ ਕਿਸੇ ਤਰ੍ਹਾਂ ਦੀ ਹੁਣ ਤੱਕ ਰਿਕਵਰੀ ਨਹੀਂ ਹੋਈ ਜੇ ਹੁਣ 27 ਤਰੀਕ ਨੂੰ ਦੁਬਾਰਾ ਸੱਦਿਆ ਗਿਆ ਦੇਖਦੇ ਹਾਂ ਕਿ ਵਿਕਰਮ ਸਿੰਘ ਮਜੀਠੀਆ ਤੋਂ 27 ਤਰੀਕ ਵਾਲੀ ਹੋਣ ਵਾਲੀ ਪੁਛਗਿਸਤ ਦੇ ਵਿੱਚ ਕੀ ਨਵਾਂ ਸਾਹਮਣੇ ਆਉਂਦਾ ਹੈ ਹਾਲਾਂਕਿ ਇੱਕ ਗੱਲ ਸਾਫ਼ ਹੋ ਗਈ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਜਿਹੜੇ ਢੰਗ ਦੇ ਨਾਲ ਜਿਹੜੇ ਕੰਫੀਡੈਂਸ ਦੇ ਨਾਲ ਜਿਹੜੀ ਭਰੋਸੇਯੋਗਤਾ ਦੇ ਨਾਲ ਆਪਣੇ ਆਪ 'ਚ ਦਾਵਾ ਕੀਤਾ ਕਿ ਸਰਕਾਰ ਕੁਝ ਵੀ ਨਹੀਂ ਇਸ ਕੇਸ 'ਚ ਵਿਗਾੜ ਸਕਦੀ ਕਿਉਂਕਿ ਸਰਕਾਰ ਕੋਲ ਕੋਈ ਵੀ ਜਿਹਹਾ ਸਬੂਤ ਨਹੀਂ ਹੈ ਨਾ ਹੀ ਉਹ ਕਿਸੇ ਸਿਆਸੀ ਗਤੀਵਿਧੀ 'ਚ ਸ਼ਾਮਲ ਸਨ ਜਿਸ ਦੇ ਲਈ ਉਹਨਾਂ ਨੂੰ ਬਦਨਾਮ ਕੀਤਾ ਗਿਆ ਔਰ ਅਰਵਿੰਦ ਕੇਰੀਵਾਲਦਾ ਵੀ ਉਹਨਾਂ ਨੇ ਨਾਮ ਲਿਆ ਕਿ ਉਹ ਉਹਨਾਂ ਦੇ ਨਾਲ ਖੜਨਗੇ ਉਹ ਮੈਨੂੰ ਸਾਧ ਲੈਣੋ ਆਪਣੇ ਅੰਦਾਜ਼ ਦੇ ਵਿੱਚ ਮੁੱਛਾਂ ਨੂੰ ਤਾ ਦਿੰਦੇ ਹੋਏ ਆਪਣੇ ਅੰਦਾਜ਼ ਦੇ ਵਿੱਚ ਬਾਹਾਂ ਲਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਰੀਵਾਲ ਨੂੰ ਸਰਕਾਰ ਨੂੰ ਸਾਰਿਆਂ ਨੂੰ ਖੁੱਲਾ ਚੈਲੰਜ ਜਿਹੜਾ ਕਰਦੇ ਦਿਖਾਈ ਦਿੱਤੇ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੁਛਗਿਸ਼ ਦੇ ਵਿੱਚੋਂ ਕੀ ਕੁਝ ਨਵਾਂ ਸਾਹਮਣੇ ਨਿਕਲ ਕੇ ਆਉਂਦਾ ਹੈ ਫਿਲਹਾਲ ਛਿੱਟ ਦੇ ਵੱਲੋਂ ਅਧਿਕਾਰਤ ਤੌਰ ਤੇ ਕੋਈ ਵੀ ਖਲਾਸਾ ਨਹੀਂ ਕੀਤਾ ਗਿਆ ਕਿ ਬਿਕਰਮ ਸਿੰਘ ਮਜੀਠੀਆ ਖਸੂਰਵਾਰ ਨੇ ਜਾਂ ਨਹੀਂ ਜਾਂ ਉਹਨਾਂ ਦੇ ਕੋਲੋਂ ਕੀ ਕੁਝ ਪੁੱਛਿਆ ਗਿਆ ਇਸ ਦੇ ਬਾਰੇ ਆਉਣ ਵਾਲੇ ਸਮੇਂ ਚ ਖਲਾਸਾ ਹੋ ਸਕਦਾ ਹੈ ਫਿਲਹਾਲ ਅਗਲੀ ਅਪਡੇਟ ਤੱਕ ਲਈ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ